ਕੈਨੇਡਾ ਦੇ ਪ੍ਰਧਾਨ ਮੰਤਰੀ ਸਾਡੇ ਜਸਟਨ ਟਰੂਡੋ ਨੇ ਉਹਨਾਂ ਦੀ ਪਪੂਲਾਰਿਟੀ ਅਜੇ ਵੀ ਕਾਫੀ ਜ਼ਿਆਦਾ ਆ ਲੋਕ ਉਹਨਾਂ ਨੂੰ ਮੰਨਦੇ ਆ ਕਿ ਇੱਕ ਕਾਬਲ ਵਿਅਕਤੀ ਜਿਹੜਾ ਕੈਨੇਡਾ ਨੂੰ ਚਲਾ ਸਕਦਾ ਉਹ ਜਸਟਨ ਟਰੂਡੋ ਹੀ ਆ ਪੀਰ ਪੋਲੀਵ ਦੂਜੇ ਪਾਸੇ ਕਨਸਰਵੇਟਿਵ ਪਾਰਟੀ ਦੇ ਲੀਡਰ ਚੁਣੇ ਗਏ ਆ ਤੇ ਬਾਕੀ ਸਾਰੇ ਆਪਣੇ ਕੈਂਡੀਡੇਟਸ ਉਹਨਾਂ ਨੇ ਪਛਾੜ ਦਿੱਤਾ ਪਰ ਫਿਰ ਵੀ ਜਦੋਂ ਗੱਲਬਾਤ ਇਹ ਆਉਂਦੀ ਆ ਕਿ ਕੌਣ ਪ੍ਰਧਾਨ ਮੰਤਰੀ ਚੰਗਾ ਹੈ ਤਾਂ ਫਿਰ ਇੱਕ ਸਰਵੇ ਦੇ ਵਿੱਚ ਲੋਕਾਂ ਕੋਲੋਂ ਪੁੱਛਿਆ ਗਿਆ ਤੋ ਕਹਿੰਦੇ ਹਜੇ ਵੀ ਜਸਟਨ ਟਰੂਡੋ ਚੰਗੇ ਆ ਜਗਮੀਤ ਸਿੰਘ ਦੇ ਮੁਕਾਬਲੇ ਤੇ ਪੀਅਰ ਪੋਲੀਵ ਦੇ ਮੁਕਾਬਲੇ ਦੋਵੇਂ ਪਾਰਟੀਆਂ ਬੇਸਿਕਲੀ ਕੈਨੇਡਾ ਦੇ ਵਿੱਚ ਰਾਜ ਕਰਦੀਆਂ ਰਹੀਆਂ ਸ਼ੁਰੂ ਤੋਂ ਕੰਜ਼ਰਵਟਿਵ ਪਾਰਟੀ ਤੇ ਦੂਜੀ ਲਿਬਰਲ ਪਾਰਟੀ ਤੀਜੀ ਐਨ ਡੀ ਪੀ ਪਾਰਟੀ ਹੈ ਜਿਹਦੇ ਵਿੱਚ ਜਗਮੀਤ ਸਿੰਘ ਆ ਚਾਂਸਸ ਦੋਵਾਂ ਦੇ ਹੁੰਦੇ ਆ ਕਿ ਦੋਕ ਵਾਰੀ ਉਹ ਆ ਜਾਂਦੇ ਆ ਤੇ ਮੁੜ ਕੇ ਦੋਕ ਵਾਰੀ ਦੂਜੇ ਆ ਜਾਂਦੇ ਆ ਜਿਵੇਂ ਹੁਣ ਜਸਟਨ ਟਰੂਡੋ ਨੇ ਪਿਛਲੀ ਵਾਰੀ ਸੀ ਉਹਦੇ ਤੋਂ ਪਿਛਲੀ ਵਾਰੀ ਵੀ 2015 ਦੇ ਵਿੱਚ ਇਹ ਪ੍ਰਧਾਨ ਮੰਤਰੀ ਬਣੇ ਸੀ ਤੇ 15 ਤੋਂ ਲੈ ਕੇ ਹੁਣ ਤੱਕ 7 ਸਾਲ ਹੋ ਗਏ ਇਹਨਾਂ ਨੂੰ ਸਰਕਾਰ ਚਲਦੀ ਨੂੰ ਤੇ ਇਹ ਤੋਂ ਪਹਿਲਾਂ ਸਟੀਫਨ ਹਾਰਸ਼ਿਪ ਹਾਰਪਰ ਸੀਗੇ ਕੰਜ਼ਰਵਟਿਵ ਦੇ 8-9 ਸਾਲ ਹੋ ਰਹੇ ਆ 15 ਤੋਂ ਪਹਿਲਾਂ 2006 ਤੱਕ ਸਟੀਫਨ ਹਾਰਪਰ ਰਹੇ ਆ ਤੇ ਪੌਲ ਮਾਰਟਨ ਫੇਰ 3 ਸਾਲ ਪਹਿਲਾਂ 2003 ਤੋਂ ਲੈ ਕੇ 6 ਤੱਕ ਤੇ ਫਿਰ ਜਿੰਕ ਕ੍ਰੈਚਨ ਜਿਹੜੇ ਸਾਡੇ 93 ਤੋਂ ਲੈ ਕੇ 2003-10 ਸਾਲ ਤੱਕ ਉਹ ਪ੍ਰਾਈਮ ਮਿਨਿਸਟਰ ਰਹੇ ਆ ਸੋ ਹੁਣ ਲੋਕ ਇਦਾਂ ਦਾ ਚੱਲ ਆਉਂਦੇ ਆ ਕਿ ਅਸਲ ਦੇ ਵਿੱਚ ਜਿਹੜੀ ਕਨਜ਼ਰਵਟਿਵ ਪਾਰਟੀ ਸੀ ਨਾਲ ਕੋਲੇ ਲੀਡਰ ਹੈ ਨਹੀਂ ਚੱਜਦਾ ਕੋਈ ਇਹਨਾਂ ਦਾ ਟੂਲ ਹੋਣਾ ਦੇ ਉੱਤੇ ਵੀ ਪਹਿਲਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਈ ਉਹਨਾਂ ਦੇ ਕਹਿੰਦੇ ਸੀ ਯੋਗ ਲੀਡਰ ਹੈ ਨਹੀਂਗੇ ਫਿਰ ਉਹ ਪਾਸੇ ਹਟ ਗਏ ਉਹਨਾਂ ਦੇ ਅੰਦਰੋਂ ਹੀ ਲੋਕ ਉਹਨਾਂ ਦੇ ਜਿਹੜੇ ਵਿਰੋਧ ਹੋ ਗਏ ਤੇ ਮੰਨਿਆ ਜਾਂਦਾ ਸੀ ਕਿ ਬਹੁਤ ਵੱਡੇ ਲੀਡਰ ਦੀ ਕਮੀ ਕਰਕੇ ਇਹ ਜਿੱਤ ਜਾਂਦੇ ਆ ਪਰ ਇੱਥੇ ਇਹ ਵੀ ਦੇਖਣ ਵਾਲੀ ਗੱਲ ਆ ਕਿ ਲਿਬਰਲ ਪਾਰਟੀ ਨੂੰ ਬਹੁਮਤ ਦੋਵਾਂ ਬਾਰੀ ਨਹੀਂ ਦਿੱਤਾ ਇਹਨਾਂ ਨੇ ਪਿਛਲੀ ਵਾਰੀ ਨਹੀਂ ਦਿੱਤਾ ਕੈਨੇਡੀਅਨਸ ਨੇ ਤੇ ਹੁਣ ਜਗਮੀਤ ਸਿੰਘ ਹੁਣਾਂ ਦੀ ਐਨਡੀਪੀ ਦੀ ਮਦਦ ਦੇ ਨਾਲ ਉਹਨਾਂ ਦੀ ਸਰਕਾਰ ਇਸ ਵੇਲੇ ਚੱਲ ਰਹੀ ਹੈ। ਪੋਲ ਦੇ ਵਿੱਚ ਪੋਲ ਉਦੋਂ ਕਰਵਾਈ ਗਈ ਹੈ ਜਦੋਂ ਪੀਰ ਪੋਲੀਵ ਕੰਸਪਟ ਪਾਰਟੀ ਦੇ ਲੀਡਰ ਬਣ ਗਏ ਆ। ਤੇ ਫਿਰ ਵੀ ਉਹਦੇ باوجود ਵੀ ਲੋਕਾਂ ਨੇ ਕਿਹਾ ਕਿ ਜਸਨ ਟਰੂਡੋ ਐਸ ਵੇਲੇ ਸਾਡੇ ਜਿਹੜੇ ਮਨਪਸੰਦ ਪ੍ਰਧਾਨ ਮੰਤਰੀ ਨੇ ਕੰਸਪਟ ਲੀਡਰ ਪੀਰ ਪੋਲੀਵ ਦੇ ਮੁਕਾਬਲੇ ਉਹਨਾਂ ਨੂੰ ਜਿਹੜਾ ਉੱਤੇ ਅੰਕ ਦਿੱਤੇ ਗਏ ਆ। ਲੈਜਰ ਨੇ ਇੱਕ ਰਿਲੀਜ਼ ਕੀਤੀ ਹੈ ਇਹ ਫਾਈਂਡਿੰਗਜ਼ ਜਿ ਸਰਵੇ ਕੰਡਕਟ ਕੀਤਾ ਉਹਨਾਂ ਨੇ ਸਰਵੇ ਜਿਹੜਾ ਕੀਤਾ 16 ਸਤੰਬਰ ਤੋਂ ਲੈ ਕੇ 18 ਸਤੰਬਰ ਦੇ ਵਿੱਚ ਵਿੱਚ 1522 ਜਣਿਆਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਸੈਂਪਲ ਛੋਟਾ ਸੀ 1522 ਬੰਦੇ ਨਾਲ ਗੱਲਬਾਤ ਕਰਕੇ ਉਹਨਾਂ ਨੇ ਫਿਰ ਅੰਦਾਜ਼ਾ ਕੱਢ ਕੇ ਮੂਰੇ ਰੱਖ ਦਿੱਤਾ ਕਿ ਇੰਨੇ ਕੁ ਲੋਕ ਜਿਹੜੇ ਆ ਉਹ ਕਨਸਰਵੇਟਰ ਨੂੰ ਪਸੰਦ ਕਰਦੇ ਇੰਨੇ ਕੁ ਲਿਬਰਲ ਨੂੰ ਤੇ ਇੰਨੇ ਕੁ ਪ੍ਰਧਾਨ ਮੰਤਰੀ ਜਸਨ ਟਰੂਡੋ ਨੂੰ 10 ਦਿਨ ਤੋਂ ਬਾਅਦ ਇਹਦਾ ਰਿਜ਼ਲਟ ਆਇਆ ਜਦੋਂ ਪੀਰ ਪੋਲੀਵ ਜਿਹੜੇ ਉਹ ਉਹਨਾਂ ਦੀ ਲੈਂਡਸਲਾਈਡ ਵਿਕਟਰੀ ਹੁੰਦੀ ਹੈ ਕਨਸਰਵੇਟਰ ਲੀਡਰਸ਼ਿਪ ਰੇਸ ਦੇ ਵਿੱਚ ਤੇ ਜਿਹੜੇ ਬਹੁਤੇ ਟੋਰੀਸ ਹੈਗੇ ਉਹ ਇਸ ਗੱਲ ਦੀ ਆਸ ਕਰਦੇ ਸੀ ਕਿ ਹੁਣ ਕੰਸਰਵੇਟਿਵ ਪਾਰਟੀ ਦਾ ਇੱਕ ਨਵਾਂ ਸਮਾਂ ਸ਼ੁਰੂ ਹੋ ਗਿਆ ਹੈ ਪੋਲ ਇਹ ਦੱਸ ਰਹੀ ਆ ਕਿ ਲਿਬਰਲ ਪਾਰਟੀ ਦੀ ਸਪੋਰਟ ਕੁਦਰਤੀ ਤੌਰ ਤੇ ਘਟੀ ਆ 5 ਪੁਆਇੰਟ ਥੱਲੇ ਆਈ ਆ ਅਗਸਤ ਤੋਂ ਬਾਅਦ ਜਦੋਂ ਕਿ ਜਿਹੜੇ ਟੋਰੀਸ ਹੈਗੇ ਆ ਉਹਨਾਂ ਨੂੰ 6 ਪੁਆਇੰਟ ਹੋਰ ਸਪੋਰਟ ਮਿਲੀ ਆ ਐਨਡੀਪੀ ਨੂੰ ਵੀ 2 ਪੁਆਇੰਟ ਹੋਰ ਸਪੋਰਟ ਮਿਲੀ ਆ ਜਿਹੜੀ ਪੀਪਲਸ ਪਾਰਟੀ ਆਫ ਕੈਨੇਡਾ ਆ ਉਹਦੀ ਜਿਹੜੀ ਸਪੋਰਟ ਆ ਉਹ ਘਟੀ ਆ ਪੋਰੇ ਵੀ ਦੱਸਦੇ ਆ ਕਿ ਲਿਬਰਲਜ਼ ਦੀ ਪੋਪੂਲੈਰਿਟੀ ਡਿਕਲਾਈਨ ਹੋਈ ਆ ਇੱਕ ਸਾਲ ਪਹਿਲਾਂ ਨਾਲੋਂ ਤੇ ਟਰੂਡੋ ਜਦੋਂ ਰੀਇਲੈਕਟ ਹੋਏ ਆ ਦੂਜੀ ਵਾਰੀ ਜਦੋਂ ਇਹਨਾਂ ਨੇ ਸਰਕਾਰ ਬਣਾਈ ਆ 28% ਲੋਕ ਐਸ ਬਲੇ ਜਿਹੜੇ ਰਿਸਪੌਂਡੈਂਟ ਨੇ ਉਹ ਕਹਿੰਦੇ ਆ ਵੀ ਅਸੀਂ ਲਿਬਰਲ ਨੂੰ ਵੋਟ ਪਾਵਾਂਗੇ ਜੇ ਅੱਜ ਇਲੈਕਸ਼ਨ ਹੋ ਜਾਣ ਤੇ 33% ਲੋਕ ਕਹਿੰਦੇ ਜਿਹੜੇ ਇਹ ਪਹਿਲਾਂ 31 ਸਤੰਬਰ ਦੇ ਵਿੱਚ 33% ਕਹਿੰਦੇ ਸੀ ਪਿਛਲੇ ਸਤੰਬਰ ਦੇ ਵਿੱਚ 33% ਲੋਕ ਜਿਹੜੇ ਕਹਿੰਦੇ ਸੀ ਵੀ ਇਲੈਕਸ਼ਨ ਹੋ ਜਾਣ ਤਾਂ ਅਸੀਂ ਲਿਬਰਲ ਪਾਰਟੀ ਨੂੰ ਵੋਟ ਪਾਵਾਂਗੇ ਹੁਣ 28% ਕਹਿੰਦੇ ਐਸੋਏ ਕੁਦਰਤੀ ਤੌਰ ਤੇ ਇਹਨਾਂ ਦੀ ਪੋਪੂਲਾਰਿਟੀ ਥੱਲੇ ਆਈ ਆ ਤੇ ਜਿਹੜੇ ਮੰਨਦੇ ਆ ਕਿ ਕੁਝ ਜਿਹੜੇ ਇਹ ਲਿਬਰਲ ਸੀਗੇ ਲੈਫਟ ਰਾਈਟ ਨੂੰ ਚਲੇ ਗਏ ਆ 34% ਰਿਸਪੌਂਡੈਂਟ ਕਹਿੰਦੇ ਵੀ ਜੇ ਅਸੀਂ ਵੋਟ ਟੋਰੀਜ਼ ਨੂੰ ਪਾਵਾਂਗੇ ਐਸ ਵੇਲੇ ਤੇ ਜੇ ਜਿਹੜਾ ਸਾਨੂੰ ਅੱਜ ਵੋਟ ਪਾਉਣ ਦਾ ਮੌਕਾ ਮਿਲ ਜੇ ਜਾਂ ਕੈਨੇਡਾ 'ਚ ਵੋਟਾਂ ਪਾਉਣ ਲੱਗੀਆਂ ਤੇ ਸਿੱਧੀ ਸਿੱਧੀ ਕੰਸਪਟ ਆ ਪਾਰਟੀ ਦੀ ਸਰਕਾਰ ਬਣਦੀ ਹੈ ਇਹਨਾਂ ਦੇ ਕਹਿਣ ਅਨੁਸਾਰ ਜਿਹੜਾ ਇਹ ਸਰਵੇ ਕੀਤਾ ਗਿਆ ਤੇ ਇਹ ਕੁਦਰਤੀ ਤੌਰ ਤੇ ਉੱਤੇ ਗਏ ਆ ਪਹਿਲਾਂ ਇੰਪਰੂਵ ਹੋਏ ਆ ਕਾਫੀ ਤੇ 23% ਰਿਸਪੌਂਡੈਂਟ ਸਰਵੇ ਦੇ ਵਿੱਚ ਕਹਿੰਦੇ ਆ ਵੀ ਅਸੀਂ ਐਨਡੀਪੀ ਨੂੰ ਵੋਟ ਪਾਵਾਂਗੇ ਤੇ ਉਹ ਵੀ ਪਹਿਲਾਂ 18% ਦੇ ਉੱਤੇ ਸੀਗੇ ਉਹ ਹੁਣ 5% ਉੱਤੇ ਆ ਗਿਆ ਇਹ ਗੱਲਬਾਤ ਕਿਉਂ ਕਰ ਰਹੇ ਆ ਅਸੀਂ ਗੱਲਬਾਤ ਇਸ ਕਰਕੇ ਕਰ ਰਹੇ ਆ ਕਿ ਲੋਕ ਜਿਹੜੀ ਕੰਸਰਵੇਟਿਵ ਪਾਰਟੀ ਆ ਜਾਂ ਜਸਟਨ ਟਰੂਡੋ ਦੇ ਵਿਰੋਧੀ ਨੇ ਉਹ ਇਹ ਪ੍ਰਚਾਰ ਕਰ ਰਹੇ ਆ ਵੀ ਕੈਨੇਡਾ ਦੀ ਅਰਥ ਜਿਹੜਾ ਸਾਡਾ ਜਿਹੜਾ ਸਾਰਾ ਅਰਥਚਾਰਾ ਆ ਇਹਦੇ ਹਾਲਾਤ ਇਹਨਾਂ ਨੇ ਖਰਾਬ ਕਰ ਦਿੱਤੇ ਆ ਲਿਬਰਲਸ ਨੇ ਪੈਸੇ ਦੀ ਵਰਤੋਂ ਪੈਸੇ ਥੱਲੇ ਦੀ ਠੀਕ ਠਾਕ ਨਹੀਂ ਕੀਤੀ ਲੋਕਾਂ ਨੂੰ ਐਵੇਂ ਪੈਸੇ ਵੰਡ ਦਿੱਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਰਾਹ ਦੇ ਵਿੱਚ ਕੰਡੇ ਬੀਜਤੇ ਆ ਇੰਨਾ ਕ ਕਰਜ਼ਾ ਇਹਨਾਂ ਦੇ ਸਿਰ ਹੋ ਗਿਆ ਵੀ ਇਹਨਾਂ ਕੋਲ ਹਸਾਬ ਕਿਤਾਬ ਦੇ ਵਿੱਚ ਹੀ ਨਹੀਂ ਆਉਣਾ ਕਿ ਇਹਨੂੰ ਮੈਨੇਜ ਕਿਦਾਂ ਕਰਨਾ ਉਹਨਾਂ ਨੇ ਪ੍ਰਚਾਰ ਕੀਤਾ ਤੇ ਉਹ ਕਹਿੰਦੇ ਜਦੋਂ ਅਸੀਂ ਆਵਾਂਗੇ ਤੇ ਅਸੀਂ ਫਿਰ ਇਹ ਸਾਰਾ ਕੁਝ ਸਾਨੂੰ ਠੀਕ ਠਾਕ ਕਰਨਾ ਪੈਣਾ ਜਿੰਨਾ ਇਸ ਵੇਲੇ ਆਰਥਿਕ ਨੁਕਸਾਨ ਕੈਨੇਡਾ ਦਾ ਹੋ ਚੁੱਕਿਆ ਹੈ ਤੇ ਮੰਨਦੇ ਲੋਕ ਇਹ ਆ ਵੀ ਅਗਲੀ ਸਰਕਾਰ ਜਦੋਂ ਵੀ ਇਲੈਕਸ਼ਨ ਹੋਈ ਉਹ ਜਸਟਨ ਟਰੂਡੋ ਨੂੰ ਦੋ ਵਾਰੇ ਬਣ ਗਏ ਇਹਨਾਂ ਨੇ ਨਹੀਂ ਰਹਿਣਾ ਤੇ ਅਗਲੀ ਵਾਰੀ ਲੋਕਾਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਜਿਤਾ ਦੇਣਾ ਤੇ ਕੰਜ਼ਰਵੇਟਿਵ ਪਾਰਟੀ ਨੂੰ ਜਿਤਾਉਣ ਦਾ ਮਤਲਬ ਆ ਕਿ ਪੀਅਰ ਪੋਲੀ ਉਹਨਾਂ ਦੇ ਲੀਡਰ ਨੇ ਤੇ ਉਹ ਪ੍ਰਧਾਨ ਮੰਤਰੀ ਬਣਨਗੇ ਇਸ ਕਰਕੇ ਉਹਨਾਂ ਦੇ ਨਵੇਂ ਲੀਡਰ ਦੇ ਆਉਣ ਨਾਲ ਇਹ ਗੱਲਬਾਤ ਹੋਰ ਜ਼ਿਆਦਾ ਚਰਚਾ ਦੇ ਵਿੱਚ ਆ ਗਈ ਹੈ 3% ਲੋਕਾਂ ਨੇ ਹਾਲਾਂਕਿ ਗ੍ਰੀਨ ਪਾਰਟੀ ਨੂੰ ਵੀ ਕਿਹਾ ਤੇ ਦੂਜੇ ਜਿਹੜੇ 3% ਆ ਉਹਨਾਂ ਨੇ ਉਹ ਪੀਪਲਸ ਪਾਰਟੀ ਆਫ ਕੈਨੇਡਾ ਨੂੰ ਵੀ ਸਪੋਰਟ ਕੀਤੀ ਹੈ ਹੁਣ ਜਦੋਂ ਫਿਰ ਇਹ ਤਾਂ ਹੋ ਗਈ ਵੀ ਲੋਕ ਕੰਸਰਵੇਟਿਵ ਪਾਰਟੀ ਨੂੰ ਵੋਟ ਪਾ ਰਹੇ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਤੁਹਾਡੇ ਪ੍ਰਧਾਨ ਮੰਤਰੀ ਕਿਹੜੇ ਹੋਣਗੇ ਜਾਂ ਕੌਣ ਚੰਗਾ ਪ੍ਰਧਾਨ ਮੰਤਰੀ ਆ ਉਸ ਵੇਲੇ ਲੋਕ ਟ੍ਰੂਡੋ ਦੀ ਸਪੋਰਟ ਕਰਦੇ ਆ ਇਹ 24% ਜਿਹੜੇ ਰਿਸਪੌਂਡੈਂਟ ਨੇ ਉਹ ਅ ਮਤਲਬ ਅ ਟਰੂਡੋ ਹੁਣਾਂ ਦੇ ਕੋਲ ਗਏ ਨੇ ਤੇ ਇਹ 3% ਪੀਰ ਪੋਲੀਵ ਦੇ ਨਾਲੋਂ 3 ਪੁਆਇੰਟ ਅੱਗੇ ਨੇ ਤੇ 7 ਪੁਆਇੰਟ ਟਰੂਡੋ ਜਗਮੀਤ ਸਿੰਘ ਨਾਲੋਂ ਅੱਗੇ ਦੱਸੇ ਜਾ ਰਹੇ ਆ ਇਸ ਪੋਲ ਦੇ ਵਿੱਚ ਇਸ ਸਰਵੇ ਦੇ ਵਿੱਚ ਸੋ ਅਜੇ ਵੀ ਅ ਜਸਟਨ ਟਰੂਡੋ ਹੁਣਾਂ ਦਾ ਫੇਵਰੇਟ ਪ੍ਰਾਈਮ ਮਿਨਿਸਟਰ ਹੋਣਾ ਕੁਦਰਤੀ ਤੌਰ ਤੇ ਦੱਸਦਾ ਕਿ ਲਿਬਰਲ ਪਾਰਟੀ ਦੀ ਲੋਕਾਂ ਦੇ ਵਿੱਚ ਪਕੜ ਅਜੇ ਵੀ ਉਹੀ ਹੈ ਜਿਹੜਾ ਪ੍ਰਚਾਰ ਕੰਜ਼ਰਵਟਿਵ ਪਾਰਟੀ ਨੇ ਕੀਤਾ ਸੀ ਕਿ ਇਹਨਾਂ ਕੋਲੋਂ ਮੈਨੇਜ ਨਹੀਂ ਹੋਇਆ ਸਾਰਾ ਕੁਝ ਉਹ ਲੱਗਦਾ ਕਿ ਹਜੇ ਕੰਮ ਨਹੀਂ ਕਰ ਰਿਹਾ ਸੋ ਡਾਟਾ ਇਸ ਵੇਲੇ ਇਹ ਦੱਸ ਰਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਰਨ ਟਰੂਡੋ ਅਜੇ ਵੀ ਲੋਕਾਂ ਦੇ ਮਨਪਸੰਦ ਉਮੀਦਵਾਰ ਨੇ ਇਸ ਮਾਮਲੇ ਦੇ ਵਿੱਚ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ